विकास के राह तुर पे दो साल पहला धरना लाते रहे दिल्ली के बॉर्डर के उत्ते इस जगह के उत्ते भी लगे फिर केंद्र सरकार के खिलाफ मोर्चा खोलना पै गया। ये अज असी जिहड़े कि बिजली के बिल दियां असी विरोध कर रहे हैं जिहड़ा कि सरकार ने पिछे उन्होंने ये कह के उत्थों तो भेज दिया सी कि ये बिल असी लागू नहीं करांगे। बिल आए ने तुसीं कह रहे हो कि बिल किसानां दे खिलाफ आए ने, की घाटा पए किसानां नूं अगर ये बिल लागू हुंदे ने तां? देखो कल्ले किसानां नूं इहदा घाटा नहीं हैगा, इहदा पूरी जनता नूं, जिथे पंजाब नूं घाटा है उत्थे पूरे हिंदुस्तान नूं इहनां दा घाटा है। पर थोड़ी यूनियन भी लगता है कि कितना कितने कमी रही है, 32 यूनियनों ने उन्होंने अगर लिखती तौर पर लिया हुंदा तां अज्ज मुड़ तों संघर्ष ना करना पैंदा, क्योंकि जल्दबाजी करती लगता कि संघर्ष नूं खत्म करन वास्ते। जल्दबाजी तो कोई नहीं करी, होर भी बहुत कमियां ने। लखीमपुर की घटना की गल करिए या फिर होर कई मसले से जिन्हों लैके सरकार थोनों ये कह रही है कि कोई कमेटी बना के थोड़ी यूनियन नहीं दी करके जी पेंडिंग पीज़ा थोड़ी कमेटी बनाने से भी तो कमी लगता कि यूनियन के बच्चे। बब्बू मान का गीत से एक मेरे ख्याल जट की जून बोरी कहें तड़ तड़ मर जाना, लगता थोड़ी जिंदगी का संघर्ष करते ही निकल जाए सारे लोगों का। आप जिस कौम जमे हैं ना वो है ही संघर्षी कौम। ਸੋਦੀ ਸਰਕਾਰ ਤੁਹਾਡੇ ਇਲਾਕੇ ਨੂੰ ਤੋਹਫਾ ਦੇਣ ਆ ਰਹੇ ਨੇ 24 ਤਰੀਕ ਨੂੰ, ਫਿਰ ਤਾਂ ਖੁਸ਼ ਹੋ, ਇੱਕ ਤੋਹਫਾ ਤਾਂ ਵਧੀਆ ਆ ਰਿਹਾ। ਦੇਖੋ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਉਹਨਾਂ ਨੇ ਨੀਂਹ ਪੱਥਰ ਰੱਖਿਆ ਸੀ, ਹੁਣ ਤਾਂ ਉਹ ਬਣ ਕੇ ਤਿਆਰ ਹੋਇਆ, ਹੁਣ ਤਾਂ ਉਹ ਇੱਕ ਡਰਾਮੇਬਾਜ਼ੀ ਹੋਇਆ ਵੀ ਉਦਘਾਟਨ ਕਰਨ ਆਉਣਾ। ਸਰਕਾਰ ਕਹਿ ਰਹੀ ਹੈ ਕਿ ਜਿਹੜੀ ਫਜ਼ੂਲ ਬਿਜਲੀ ਲੋਕ ਫੂਕਦੇ ਨੇ, ਲਾਈਟਾਂ ਚੱਲ ਰਹੀਆਂ ਨੇ ਜਾਂ ਫਿਰ ਮੋਟਰਾਂ ਦੇ ਉੱਤੇ ਪਾਣੀ ਇੱਦਾਂ ਹੀ ਚੱਲ ਰਿਹਾ ਕਈ ਜਗ੍ਹਾ, ਤਾਂ ਇਹ ਕਹਿੰਦਾ ਇਸ ਕਰਕੇ ਕਹਿੰਦਾ ਕਿ ਸਖਤੀ ਕਰਨੀ ਪਈ, ਇਸ ਕਰਕੇ ਬਿੱਲ ਲਿਆਉਣਾ ਪਿਆ। ਕੇਂਦਰ ਦੀ ਸਰਕਾਰ ਵੱਲੋਂ 2 ਸਾਲ ਪਹਿਲਾਂ ਖੇਤੀ ਬਿੱਲ ਲੈ ਕੇ ਆਏ ਸੀ, ਉਸ ਤੋਂ ਬਾਅਦ ਪੂਰੇ ਪੰਜਾਬ, ਹਰਿਆਣਾ, ਯੂਪੀ ਅਤੇ ਹੋਰ ਕਈ ਸਟੇਟਾਂ ਦੇ ਲੋਕਾਂ ਨੇ ਇੱਕ ਵੱਡਾ ਧਰਨਾ ਦਿੱਲੀ ਦੇ ਬਾਰਡਰ ਉੱਤੇ ਲਗਾਇਆ ਸੀ, ਤਾਂ ਇਸ ਨੂੰ ਲੈ ਕੇ 1.5-2 ਸਾਲ ਉਹ ਧਰਨਾ ਚੱਲਿਆ, ਤਾਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਪੁਰਬ ਵਾਲੇ ਦਿਨ ਉਹ ਬਿੱਲ ਜਿਹੜੇ ਰੱਦ ਕਰ ਦਿੱਤੇ ਸੀ, ਪਰ ਉਸਦੇ ਵੀ ਦੱਸਦੇ ਨੇ ਇੱਕ ਬਿਜਲੀ ਬਿੱਲ ਸੀ, ਵਾਅਦੇ ਹੋਏ ਸੀ ਕਿ ਅਸੀਂ ਜਿਹੜੇ ਬਿੱਲ ਨੇ ਇਹ ਰੱਦ ਕਰਾਂਗੇ, ਪਰ ਹੁਣ ਇੱਕ ਬਿੱਲ ਬਿਜਲੀ ਬਿੱਲ ਆਇਆ ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ, ਜਗ੍ਹਾ ਜਗ੍ਹਾ ਉਹਨਾਂ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ। ਇਸ ਨੂੰ ਲੈ ਕੇ ਬੜੌਦੀ ਟੋਲ ਪਲਾਜ਼ਾ ਜੋ ਕਿ ਕਾਫੀ ਚਾਚਾ ਦੇ ਵਿੱਚ ਰਿਹਾ ਜਦੋਂ ਕਿਸਾਨੀ ਸੰਘਰਸ਼ ਚੱਲਦਾ, ਜਿੱਥੋਂ ਗੱਡੀਆਂ ਟਰੱਕ ਭਰ ਕੇ ਜਾਂਦੇ ਸੀ ਦਿੱਲੀ ਬਾਰਡਰ ਦੇ ਉੱਤੇ, ਤਾਂ ਇਸ ਨੂੰ ਲੈ ਕੇ ਅੱਜ ਫਿਰ ਕਿਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੀਜੇਪੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਨੇ, ਕਾਪੀਆਂ ਸਾੜ ਰਹੇ ਨੇ। ਅਤੇ ਗੱਲਬਾਤ ਕਰਨ ਲਈ ਸਾਡੇ ਨਾਲ ਕਿਸਾਨ ਖੜ੍ਹੇ ਨੇ ਇਲਾਕੇ ਦੇ, ਗੱਲਬਾਤ ਕਰਦੇ ਹਾਂ। ਲੋਕ ਹਿੱਤ ਮਿਸ਼ਨ ਜਿਹੜਾ ਬਣਾਇਆ ਹੋਇਆ ਇਸ ਨੂੰ ਲੈ ਕੇ ਪਹਿਲਾਂ ਵੀ ਵੱਡੇ ਸੰਘਰਸ਼ ਕੀਤੇ ਨੇ। ਮਨਦੀਪ ਫਿਰ ਉਹੀ ਸੰਘਰਸ਼ ਦੇ ਰਾਹ ਤੁਰ ਪਏ, 2 ਸਾਲ ਪਹਿਲਾਂ ਧਰਨਾ ਲਾਉਂਦੇ ਰਹੇ ਦਿੱਲੀ ਦੇ ਬਾਰਡਰ ਦੇ ਉੱਤੇ, ਇਸ ਜਗ੍ਹਾ ਦੇ ਉੱਤੇ ਵੀ ਲੱਗਿਆ, ਫਿਰ ਕੇਂਦਰ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹਣਾ ਪੈ ਗਿਆ? ਤੇਜੀ ਜੀ, ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਭਰਾਵਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਲੋਕ ਹਿੱਤ ਮਿਸ਼ਨ ਦੇ ਛੋਟੇ ਜਿਹੇ ਸੱਦੇ 'ਤੇ ਬੜੀ ਗਿਣਤੀ 'ਚ ਇੱਥੇ ਹਾਜ਼ਰ ਹੋਇਆ। ਇਹ ਅੱਜ ਅਸੀਂ ਜਿਹੜੇ ਕਿ ਬਿਜਲੀ ਦੇ ਬਿੱਲ ਦੀਆਂ ਅਸੀਂ ਵਿਰੋਧ ਕਰ ਰਹੇ ਹਾਂ, ਜਿਹੜਾ ਕਿ ਸਰਕਾਰ ਨੇ ਪਿੱਛੇ ਜੇ ਜਦੋਂ ਪਿਛਲੇ ਸਾਲ ਦੀ ਗੱਲ ਹੈ ਕਿ ਦਿੱਲੀ ਬਾਰਡਰ 'ਤੇ ਬਹੁਤ ਸਾਰੇ ਕਿਸਾਨ ਪੰਜਾਬ ਦੇ ਉੱਥੇ ਬੈਠੇ ਰਹੇ, ਜਿੱਥੇ ਪੰਜਾਬ ਦੇ, ਹਰਿਆਣੇ ਦੇ, ਰਾਜਸਥਾਨ ਦੇ, ਕੇਰਲਾ ਦੇ ਹੋਰ ਬਹੁਤ ਸਾਰੇ ਕਿਸਾਨ ਉੱਥੇ ਬੈਠੇ ਸੀਗੇ, ਉਹਨਾਂ ਨੂੰ ਇਹ ਕਹਿ ਕੇ ਉੱਥੋਂ ਤੋਂ ਭੇਜ ਦਿਆ ਸੀ ਕਿ ਇਹ ਬਿੱਲ ਅਸੀਂ ਲਾਗੂ ਨਹੀਂ ਕਰਾਂਗੇ, ਲੇਕਿਨ ਹੁਣ ਇਹ ਇੱਕ ਇੱਕ ਬਿੱਲ ਲਿਆ ਕੇ ਉਹ ਲਾਗੂ ਕਰਨਾ ਚਾਹੁੰਦੀ ਹੈ ਸਰਕਾਰ, ਭਾਰਤੀ ਜਨਤਾ ਪਾਰਟੀ ਦੀ, ਪਰ ਕਿਸਾਨ ਪੰਜਾਬ ਦੇ ਇਹ ਲਾਗੂ ਨਹੀਂ ਹੋਣ ਦੇਣਗੇ, ਭਾਵੇਂ ਕਿ ਚਾਹੇ ਕੁਰਬਾਨੀ ਦੇਣੀ ਪੈ ਜਾਵੇ, ਚਾਹੇ ਸਾਨੂੰ ਧਰਨੇ ਲਾਉਣੇ ਪੈ ਜਾਣ, ਚਾਹੇ ਸੜਕਾਂ ਰੋਕਣੀਆਂ ਪੈ ਜਾਣ, ਲੇਕਿਨ ਅਸੀਂ ਸੜਕਾਂ ਰੋਕ ਕੇ ਖੁਸ਼ ਨਹੀਂ ਹੈ, ਕਿਉਂਕਿ ਇਹਦੇ 'ਚ ਜਿਹੜੀ ਆਮ ਜਨਤਾ ਹੈ ਉਹ ਪਰੇਸ਼ਾਨ ਹੁੰਦੀ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹ ਛੋਟੇ ਛੋਟੇ ਅਸੀਂ ਜਿਹੜੇ ਧਰਨੇ ਦੇ ਰਹੇ ਹਾਂ ਜਾਂ ਅਸੀਂ ਬਿਜਲੀ ਦਾ ਬਿੱਲ ਫੂਕ ਰਹੇ ਹਾਂ, ਵੀ ਜੇ ਇਹਨਾਂ ਨਾਲ ਸਰ ਜਾਵੇ ਤਾਂ ਚੰਗੀ ਗੱਲ ਹੈ, ਨਹੀਂ ਤਾਂ ਫਿਰ ਸਾਨੂੰ ਮਜਬੂਰਨ ਫਿਰ ਸੜਕਾਂ ਰੋਕਣੀਆਂ ਪੈਣਗੀਆਂ। ਜਿਹੜੇ ਬਿੱਲ ਆਏ ਨੇ ਤੁਸੀਂ ਕਹਿ ਰਹੇ ਹੋ ਕਿ ਬਿੱਲ ਕਿਸਾਨਾਂ ਦੇ ਖਿਲਾਫ਼ ਆਏ ਨੇ, ਕੀ ਘਾਟਾ ਪਏ ਕਿਸਾਨਾਂ ਨੂੰ ਅਗਰ ਇਹ ਬਿੱਲ ਲਾਗੂ ਹੁੰਦੇ ਨੇ ਤਾਂ? ਦੇਖੋ ਇਕੱਲੇ ਕਿਸਾਨਾਂ ਨੂੰ ਇਹਦਾ ਘਾਟਾ ਨਹੀਂ ਹੈਗਾ, ਇਹਦਾ ਪੂਰੀ ਜਨਤਾ ਨੂੰ, ਜਿੱਥੇ ਪੰਜਾਬ ਨੂੰ ਘਾਟਾ ਹੈ ਉੱਥੇ ਪੂਰੇ ਹਿੰਦੁਸਤਾਨ ਨੂੰ ਇਹਨਾਂ ਦਾ ਘਾਟਾ ਹੈ, ਕਿਉਂਕਿ ਹੁਣ ਅਸੀਂ ਆਪਣੇ ਘਰਾਂ ਦੇ ਵਿੱਚ 2 ਕਿਲੋਵਾਟ ਜਾਂ 3 ਕਿਲੋਵਾਟ ਦੇ ਆਪਾਂ ਕਨੈਕਸ਼ਨ ਲੈ ਕੇ ਉਹਦੇ ਪਰ ਅਸੀਂ ਆਪਣੇ TV ਵੀ ਚਲਾਉਂਦੇ ਹਾਂ, ਆਪਾਂ ਫਰਿੱਜ ਵੀ ਚਲਾਉਂਦੇ ਹਾਂ, AC ਵੀ ਚਲਾਉਂਦੇ ਹਾਂ, ਹੈ ਨਾ, ਘਰਾਂ ਵਿੱਚ ਅਸੀਂ ਸਮਰਸੀਬਲ ਲਾ ਰੱਖੇ ਆ ਉਹ ਵੀ ਚਲਾਉਂਦੇ ਹਾਂ, ਲੇਕਿਨ ਜੇ ਇਹ ਨਿੱਜੀਕਰਨ ਹੋ ਜਾਂਦਾ ਹੈ, ਪ੍ਰਾਈਵੇਟ ਹੱਥਾਂ 'ਚ ਚਲੇ ਜਾਂਦੀ ਹੈ ਇਹ ਬਿਜਲੀ, ਤਾਂ ਉਹਨਾਂ ਨੇ ਤਾਂ ਫਿਰ ਵੋਲਟੀ 19 ਕੇ ਦੇਣੀ ਆ ਤੁਹਾਨੂੰ ਜਿੰਨੇ ਕੁ ਤੁਹਾਡੇ ਪੈਸੇ ਪਏ ਵੀ ਹੋਣਗੇ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਹ ਗਰੀਬ ਜਨਤਾ ਪਰ ਵਜਨ ਨਾ ਪਵੇ,
जिस तरह हुण चल रहा है इसी तरह चली जावे। जे निजीकरण हो गया जिदा मैं तुहानू दस के हटिया कि मोबाइल रिचार्ज करवाने आपां इसी तरह आपां बिजली दे जिहड़ा मीटर है रिचार्ज करवाना पएगा ना, जिथे मोबाइलां ने 13 महीनिया का साल बनाते उसी तरह ही बिजली के बिल आने के नाल 13 महीनिया का साल हो जाना। ठीक है, बिल्कुल। देखो कि जेडे नवे बिल ने इन्हें दसिया कि निजीकरण होंगे तो जिमें जियो का हो गया रिचार्ज या फिर एयरटेल का रिचार्ज हो गया, बंदे 28 दिन बाद रिचार्ज कराना पैंता, फिर आके कितने ना कितने मैसेज आ जाता कि भाई हम रिचार्ज कराओ तुहाडी कॉल तो आएगी, तो इस लैके बिजली थोड़े घर तो आनी है जो तुम रिचार्ज कराएंगे। ये बिल ने इन्होंने वालों दसया गया कि इस तरीके के बिल आ रहे हैं, पर थोड़ी यूनियन भी लगता है कि कितना कितने कमी रही है 32 यूनियन ने, उन्होंने अगर लिखती तौर पर लिया होंगे तो अज मुड़ तो संघर्ष न करना पैंता, क्योंकि जल्दबाजी करती लगता कि संघर्ष को खत्म करने वास्ते। बिल्कुल, जल्दबाजी तो कोई नहीं करी, पर उदों सरकार ये चाहती सी भी कदों यूनियन उठ खड़न इतों, सारे वादे पूरे करन दी हामी भरी सीगी, पर हुण कह करदे वी जदों दिल विच काला होवे उदों कोई आपां नहीं कर सकदे, ये उन्होंने बाद विच इह कानून लागू कीता उदों तां हाँ कीती सीगी। पर होर भी बहुत कमियां ने, लखीमपुर की घटना की गल करिए जां फिर होर कई मसले से जिन्हां नूं लैके सरकार थोनू यह कह रही है कि इस कोई कमेटी बना के थोड़ी यूनियन नहीं दी करके जी पेंडिंग पीज़ा थोड़ी कमेटी बनाने से भी कमी लगता कि यूनियन के पिछे नहीं कमी कोई नहीं है, कमेटियां साड़ियां सही बनिया। जिमें लखमीपुर की गल करते हैं, तुम कल लखमीपुर के अपने कादियां वालों धरना लाया हुआ, साड़ी जथेबंदियां पूरी एक्टिव है, पूरी एक्टिविटियां कर रही हैं, साड़ी जथेबंदी ने भी राज्यवाल यूनियन ने भी कल 22 तरीक नूं अपना मिल्क प्लांट के मूहरे रोस प्रदर्शन करना है, जिहड़ा दुध का रेट वधिया वा काफ़ी देर तो दे नहीं रही, तो जिहड़ी बीमारी चल रही है उसके संबंध में भी यूनियन कम फुल कर रही हैं, यूनियन अपन पूरी जोरों पर है ਭਾਵੇਂ ਕੱਲੀਆਂ ਕੱਲੀਆਂ ਕਰ ਰਹੀਆਂ ਕਰ ਰਹੀਆਂ। ਤੁਸੀਂ ਦੇਖੋ ਕਿੰਨਾ ਦੱਸਿਆ ਕਿ ਯੂਨੀਆਂ ਫੇਰ ਇਕੱਠੀਆਂ ਨੇ, 32 ਯੂਨੀਆਂ ਇਕੱਠੀਆਂ ਨੇ। ਸੰਤੂ ਜੀ, ਬੱਬੂ ਮਾਨ ਦਾ ਗੀਤ ਸੀ ਇੱਕ ਮੇਰੇ ਖਿਆਲ, ਜੱਟ ਦੀ ਜੂਨ ਬੋਰੀ ਗਾ ਤੜ ਤੜ ਮਰ ਜਾਣਾ, ਲੱਗਦਾ ਤੁਹਾਡੀ ਜ਼ਿੰਦਗੀ ਦਾ ਸੰਘਰਸ਼ ਕਰਦੇ ਹੀ ਨਿਕਲ ਜਾਣੀ ਸਾਰੇ ਲੋਕਾਂ ਦੀ। ਦੇਖੋ ਜੀ, ਆਪਾਂ ਜਿਸ ਕੌਮ 'ਚ ਜੰਮੇ ਹਾਂ ਨਾ ਉਹ ਹੈ ਹੀ ਸੰਘਰਸ਼ੀ ਕੌਮ, ਸੋ ਸੰਘਰਸ਼ ਕਰਨਾ ਸਾਡਾ ਹੱਕ ਹੈ, ਸੋ ਇਸ ਕਰਕੇ ਜਿਹੜੀਆਂ ਇਹ ਹੁਣ ਚੱਲਦਾ ਸਿਸਟਮ, ਜੇ ਆਪਾਂ ਸੰਘਰਸ਼ ਨਹੀਂ ਕਰਾਂਗੇ ਫਿਰ ਉਂਝ ਵੀ ਮਰਿਆਂ ਵਰਗੇ ਹੀ ਹੁੰਦੇ ਹਾਂ। ਅੱਜ ਆਪਾਂ ਸੰਘਰਸ਼ ਕਰ ਰਹੇ ਅਤੇ ਅੱਜ ਸਰਕਾਰ ਨੂੰ ਪਤਾ ਹੈ, ਜੇ ਪੂਰੇ ਦੁਨੀਆ ਵਿੱਚ ਤਾਂ ਤੁਹਾਨੂੰ ਪੰਜਾਬ ਨੂੰ ਪਹਿਲਾਂ ਯਾਦ ਕਰਦੇ ਹਾਂ ਵੀ ਜੇ ਕੋਈ ਸੰਘਰਸ਼ੀ ਬੈਠੇ ਤਾਂ ਪੰਜਾਬ ਵਿੱਚ ਬੈਠੇ। ਜੇ ਆਪਾਂ ਪਿਛਲੇ 3 ਕਾਨੂੰਨਾਂ ਦੀ ਗੱਲ ਕਰੀਏ ਤਾਂ ਉਦੋਂ ਵੀ ਲੀਡ ਜੇ ਕਿਸੇ ਨੇ ਕੀਤੀ ਹੈ ਤਾਂ ਪੰਜਾਬ ਨੇ ਕੀਤੀ ਹੈ। ਐਡਾ ਬੜਾ ਸੂਬਾ, ਹੁਣ ਯੂਪੀ ਕਿੱਡਾ ਬੜਾ ਸੂਬਾ, ਆਪਣੇ ਨਾਲ ਵੱਧ ਵੀ ਨਹੀਂ ਆਇਆ, ਲੇਕਿਨ ਪੰਜਾਬ ਦਾ 85% ਲੋਕ ਜਿਹੜੇ ਦਿੱਲੀ ਧਰਨੇ 'ਤੇ ਗਏ ਅਤੇ ਉਹ ਧਰਨਿਆਂ ਨੂੰ ਆਖਿਰਕਾਰ ਜਿਹੜੇ ਕਹਿੰਦੇ 56 ਇੰਚ ਦੀ ਹਾਂ ਛਾਤੀ ਵਾਲੇ ਵੀ ਇਹ ਤਾਂ ਜਿਹੜੀ ਗੱਲ ਮੂੰਹ ਤੋਂ ਕੱਢਤੀ ਉਹ ਵਾਪਸ ਨਹੀਂ ਲੈਂਦਾ, ਕਰਨੀ ਪਈ ਨਾ ਵਾਪਸ। ਸੋ ਅੱਗੇ ਨੂੰ ਵੀ ਇਹ ਜਿਹੜੀਆਂ ਹੁਣ ਕੋਝੀਆਂ ਹਰਕਤਾਂ ਤੁਹਾਡੇ ਚੂੰੜੀ ਵੱਢ ਕੇ ਦੇਖਦੇ ਹਾਂ ਵੀ ਇਹ ਸੌਂ ਗਏ ਕਿ ਜਾਗਦੇ ਹਾਂ, ਲੇਕਿਨ ਉਹਨੂੰ ਇਹ ਨਹੀਂ ਪਤਾ ਵੀ ਅਸੀਂ ਕਾਬਲ ਕੰਧਾਰ ਤੋਂ ਲੈ ਕੇ ਦਿੱਲੀ ਤੱਕ ਰਾਜ ਕਰਨ ਵਾਲੀ ਕੌਮ ਹੈ, ਇਹ ਇੰਨੀ ਸੌਖੀ ਸੌਣ ਵਾਲੀ ਨਹੀਂ ਹੈਗੀ, ਇਹ ਲੜਾਂਗੇ ਮਰਾਂਗੇ, ਇਹ ਸਾਡਾ ਹੱਕ ਹੈ। ਅਸੀਂ ਬਿਲਕੁਲ ਕਿਸੇ ਵੀ ਹਾਲਤ ਵਿੱਚ ਇਹ ਜਿਹੜੇ ਲੋਕਾਂ ਨਾਲ ਧੱਕਾ ਕਰਨਾ ਚਾਹੁੰਦੀ ਹੈ ਸਰਕਾਰ, ਬਿਲਕੁਲ ਨਹੀਂ ਹੋਣ ਦਿੰਦੇ। ਅੱਛਾ, ਮੋਦੀ ਸਰਕਾਰ ਤੁਹਾਡੇ ਇਲਾਕੇ ਨੂੰ ਤੋਹਫਾ ਦੇਣ ਆ ਰਹੇ ਨੇ 24 ਤਰੀਕ ਨੂੰ, ਫਿਰ ਤਾਂ ਖੁਸ਼ ਹੋ, ਇੱਕ ਤੋਹਫਾ ਤਾਂ ਵਧੀਆ ਆ ਰਿਹਾ। ਦੇਖੋ ਜਿਹੜਾ ਇਹ ਤੋਹਫਾ ਹੈ ਇਹ ਤਾਂ ਪਹਿਲਾਂ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਉਹਨਾਂ ਨੇ ਨੀਂਹ ਪੱਥਰ ਰੱਖਿਆ ਸੀ, ਹੁਣ ਤਾਂ ਉਹ ਬਣ ਕੇ ਤਿਆਰ ਹੋਇਆ, ਹੁਣ ਤਾਂ ਉਹ ਇੱਕ ਡਰਾਮੇਬਾਜ਼ੀ ਹੋਇਆ ਵੀ ਉਦਘਾਟਨ ਕਰਨ ਆਉਣਾ, ਹਾਲੇ ਉਹਨੂੰ ਵੀ 6 ਮਹੀਨੇ ਹੋਰ ਲੱਗਣੇ ਆ ਤਿਆਰ ਹੋਣ ਨੂੰ। ਮਤਲਬ ਜਾਂ ਤਾਂ ਉਹਨਾਂ ਨੂੰ ਇਹ ਫਿਕਰ ਆਈ ਪਤਾ ਨਹੀਂ 24 ਤੱਕ ਅਸੀਂ ਜਾਣਾ ਹੀ ਨਹੀਂ, ਪਹਿਲਾਂ ਹੀ ਕਰ ਦਈਏ, ਨਹੀਂ 6 ਮਹੀਨੇ ਹੋਰ ਰੁਕ ਜਾਣਾ ਚਾਹੀਦਾ ਤਾਂ ਉਹਨੂੰ ਪੂਰਾ ਤਾਂ ਕਰ ਲੈਣ ਦੇਣਾ। ਆਹ ਜਿਹੜੇ ਹਾਲਾਤ ਚੱਲਦੇ ਆ ਆਪਾਂ ਟੈਲੀਫੋਨ ਹੈ ਇਹ ਆਮ ਮਹੀਨਾ ਜਿਹੜਾ ਸਾਲ ਹੈ 12 ਮਹੀਨੇ ਦਾ, ਇਹਨਾਂ ਦਾ 13 ਮਹੀਨੇ ਦਾ, ਇਸੇ ਤਰ੍ਹਾਂ ਇਹ ਹੋਣਾ। ਅੱਜ ਆਪਾਂ 2 ਮਹੀਨੇ ਬਾਅਦ ਬਿੱਲ ਭਰਦੇ ਹਾਂ, ਇਹ ਤੁਹਾਨੂੰ ਬਿੱਲ ਭਰਨ ਦੇ ਪਹਿਲਾਂ ਪੈਸੇ ਦੇਣੇ ਪੈਣੇ ਆ, ਜਿੰਨਾ ਚਿਰ ਤੁਹਾਡੇ ਪੈਸੇ ਉਨਾ ਚਿਰ ਚੱਲਣਾ ਉਹਨੇ ਜਦੇ ਬਣ। ਚਿੱਪ ਵਾਲਾ ਮਾਮਲਾ ਇਹੀ ਸੀ, ਇਹ ਚਿੱਪ ਵਾਲਾ ਮਸਲਾ ਇਹੀ ਹੈ ਨਾ, ਜਦੋਂ ਚਿੱਪ ਵਾਲੇ ਮੀਟਰ ਲੱਗ ਗਏ ਉਹਨਾਂ ਦੇ ਕੰਟਰੋਲ 'ਚ, ਉਹ ਚੰਡੀਗੜ੍ਹ ਬੈਠੇ ਆ ਭਾਵੇਂ, ਮੀਟਰ ਤੁਹਾਡੇ ਘਰ ਲੱਗਿਆ ਹੋਇਆ, ਜਦੋਂ ਤੁਹਾਡੇ ਪੈਸੇ ਮੁੱਕ ਗਏ ਉਹਨਾਂ ਨੇ ਉੱਥੇ 'ਤੇ ਹੀ ਬੰਦ ਕਰ ਦੇਣਾ, ਇਹ ਕੋਈ ਇਹ ਨਹੀਂ ਵੀ ਤੁਹਾਡੇ ਬਿਜਲੀ ਵਾਲਾ ਕੱਟਣ ਆਊਗਾ। ਹੁਣ ਆਪਾਂ ਕਿਆ ਹੁੰਦਾ, ਆਪਾਂ ਜਦੋਂ ਮਤਲਬ ਤੁਸੀਂ ਬਿਜਲੀ ਵਾਲੇ ਹਾਂ, ਮੇਰਾ ਬਿੱਲ ਕੱਟ ਹੋਣ ਵਾਲਾ, ਮੇਰਾ ਬਿੱਲ ਜ਼ਿਆਦਾ ਹੋ ਗਿਆ, ਮੈਂ ਤੁਹਾਡਾ ਮਿਹਨਤ ਵਾਲਾ ਕਰਕੇ 5-7-10 ਦਿਨ ਦਾ ਟਾਈਮ ਕਢਾ ਲੈਣਾ ਵੀ ਚੱਲ ਮੈਂ ਯਾਰ ਦਿੰਦਾ ਕੁਛ ਨਾ ਕੁਛ, ਫਿਰ ਇਹ ਤੁਹਾਡਾ ਕਿਸੇ ਨੇ ਨਹੀਂ ਪੁੱਛਣਾ। ਜੇ ਰਾਤ ਨੂੰ 12 ਵਜੇ ਤੁਹਾਡੇ ਪੈਸੇ ਮੁੱਕੇ ਤਾਂ ਰਾਤ ਨੂੰ 12 ਵਜੇ ਬਿਜਲੀ ਬੰਦ ਹੋ ਜਾਣੀ। ਸਰਕਾਰ ਕਹਿ ਰਹੀ ਹੈ ਕਿ ਜਿਹੜੀ ਫਜ਼ੂਲ ਬਿਜਲੀ ਲੋਕ ਫੂਕਦੇ ਨੇ, ਲਾਈਟਾਂ ਚੱਲ ਰਹੀਆਂ ਨੇ ਜਾਂ ਫਿਰ ਮੋਟਰਾਂ ਦੇ ਉੱਤੇ ਪਾਣੀ ਇੱਦਾਂ ਹੀ ਚੱਲ ਰਿਹਾ ਕਈ ਜਗ੍ਹਾ, ਤਾਂ ਇਹ ਕਹਿੰਦਾ ਇਸ ਕਰਕੇ ਕਹਿੰਦਾ ਕਿ ਸਖਤੀ ਕਰਨੀ ਪਈ, ਇਸ ਕਰਕੇ ਬਿੱਲ ਲਿਆਉਣਾ ਪਿਆ। ਨਹੀਂ ਇੱਦਾਂ ਦਾ ਮੋਟਰਾਂ ਕਿਤੇ ਨਹੀਂ ਚੱਲਦੀਆਂ ਯਾਰ, ਮੋਟਰਾਂ ਤਾਂ ਹੁਣ ਜੀਰੀ ਦੇ ਸੀਜ਼ਨ 'ਚ ਚੱਲਦੀਆਂ, ਜੀਰੀ ਖੇਤਾਂ ਨੂੰ ਲਾ ਰਹੇ ਹਾਂ, ਅਵਾਰਾ ਸੜਕ 'ਤੇ ਤਾਂ ਕਿਸੇ ਨੇ ਮੋਟਰ 'ਤੇ ਪਾਣੀ ਨਹੀਂ ਛੱਡਿਆ ਹੋਇਆ, ਕਿਸੇ ਫੈਕਟਰੀਆਂ 'ਚ ਕਿੰਨਾ ਲੱਗਦਾ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ। ਕਿਸਾਨਾਂ ਦਾ ਸਿਰਫ ਜੀਰੀ ਦੇ ਸੀਜ਼ਨ 'ਚ ਐਸਟੀਮੇਟ ਕੱਢਿਆ, ਸਿਰਫ 60 ਦਿਨ ਮੋਟਰ ਚੱਲਦੀ ਟੋਟਲ, 1 ਮਹੀਨਾ ਬਰਸਾਤ ਲੱਗਦਾ ਸਾਵਣ 'ਚ,
ਭਾਦੋਂ ਚ ਪਹਿਲਾ ਮਹੀਨਾ ਲਾ ਕੇ ਉਦੋਂ ਜੀਰੀ ਲਾਉਣੀ ਪੈਂਦੀ, ਫਿਰ 20 ਦਿਨ ਸੁੱਕ ਸੁਕਾਉਣਾ ਪੈਂਦਾ ਖੇਤ, ਅਤੇ ਸਾਰੇ 60 ਦਿਨ ਮੋਟਰ ਚੱਲਦੀ ਹੈ। ਪਰ ਕਿਸਾਨਾਂ ਦੀ ਨਿਗਾਹ ਕੇਂਦਰ ਸਰਕਾਰ ਦੀ ਕਿਸਾਨਾਂ 'ਤੇ ਇੰਨੀ ਹੈ ਵੀ ਜੋ ਵੀ ਬਿਜਲੀ ਵਰਤਦੇ ਆ ਕਿਸਾਨ ਵਰਤਦੇ, ਇਹਦੇ ਨਾਲ ਤਾਂ ਇੱਕ ਪਿੰਡ 'ਚ ਨਹੀਂ ਤਾਂ ਇੱਕ ਫੈਕਟਰੀ ਵਰਤਦੀ ਹੋਣੀ, ਕਿੰਨੀਆਂ ਫੈਕਟਰੀਆਂ, ਕਿੰਨੀ ਇੰਡਸਟਰੀ ਹੈ। ਬਿਲਕੁਲ, ਬਹੁਤ ਵੱਡੀ ਗੱਲ ਹੈ ਕਿ ਦੇਖੋ ਚਾਰੇ ਪਾਸੇ ਜੇ ਆਪਾਂ ਅੱਜ ਗੱਲ ਕਰੀਏ ਕਿਸਾਨਾਂ ਵੱਲੋਂ ਸਖ਼ਤ ਧਰਨਾ ਦਿੱਤਾ ਗਿਆ, ਅਤੇ ਬਾਬਾ ਜੀ ਸਾਡੇ ਨਾਲ ਨੇ ਕਾਫ਼ੀ ਮਸ਼ਹੂਰ ਹੋਏ ਸੀ ਮੇਰੇ ਖਿਆਲ ਦਿੱਲੀ ਧਰਨੇ ਦੇ ਉੱਤੇ, ਅਤੇ ਮੋਦੀ ਸਰਕਾਰ ਦੇ ਖਿਲਾਫ਼ ਫਿਰ ਧਰਨਾ ਲਾਉਣਾ ਪੈ ਰਿਹਾ। ਕਾਰਨ ਅੱਜ ਦਾ ਅਖਬਾਰ ਪੜ੍ਹ ਮੈਂ ਲੋਕਾਂ ਦਾ ਪੜ੍ਹ ਲਿਆ, ਹੁਣ ਅੱਜ ਦੇ ਅਖਬਾਰ ਤਸਵੀਰ ਚਾਹੀਦੀ ਖਬਰ ਸਾਰੀ ਐਨ ਡਿਟੇਲ ਗਏ ਲਿਖਿਆ ਬਈ ਜੇ ਫਾਇਦੇ ਜੇ ਕਿਆ ਨੁਕਸਾਨ ਹੈ, ਉਸ ਮੈਂ ਪੜ੍ਹਕਾ ਸਾਰੇ ਨੁਕਸਾਨ ਹੈ, ਨੁਕਸਾਨ ਹੈ ਦੁਕਾਨਦਾਰ ਨੂੰ, ਹਰੇਕ ਨੂੰ, ਹਰੇਕ ਮਜ਼ਬ ਨੂੰ ਇਹਨਾਂ ਖਾਤਾ ਹੀ ਘਾਟਾ। ਹਾਂ, ਪਰ ਉਹ ਕਹਿੰਦੇ ਸੌਖਾ ਹੋ ਜੂਗਾ, ਜਿਹੜੇ ਬਿਜਲੀ ਕਹਿੰਦਾ ਕਿ ਫਜ਼ੂਲ ਫੂਕਦੇ ਸੀ ਜਾਂ ਫਿਰ ਲਾਈਟਾਂ ਚੱਲ ਰਹੀਆਂ ਨੇ, ਪੱਖੇ ਏ ਸੀ ਸਰਕਾਰੀ ਡਿਪਾਰਟਮੈਂਟਾਂ 'ਚ ਵੀ, ਕਹਿੰਦਾ ਉਹਨਾਂ ਨੂੰ ਨੱਥ ਪਾਉਣ ਵਾਸਤੇ ਬਿੱਲ ਲੈ ਕੇ ਆ ਰਹੇ। ਉਹ ਤਾਂ ਬਹਾਨਾ ਹੈ, ਮਾਰਨੇ ਤਾਂ ਪੰਜਾਬ ਦੇ ਲੋਕ ਹੈ, ਜਨਤਾ ਮਾਰਨੀ ਹੈ, ਅਡਾਨੀ ਅਬਾਨੀ ਦੇ ਘਰਾਣੇ ਜਾਂ ਪੁੱਜਣੇ ਸਾਨੂੰ ਜਾਂ ਇਹ ਪ੍ਰਾਈਵੇਟ ਕਰਕੇ ਇਹ ਤਾਂ ਆਪ ਸੁਰਖਰ ਹੋਇਆ ਚਾਹੁੰਦਾ। ਹਾਂ, 2 ਸਾਲ ਪਹਿਲਾਂ ਤੁਸੀਂ ਸੰਘਰਸ਼ ਕੀਤਾ, ਥੱਕ ਤਾਂ ਨਹੀਂ ਗਏ ਹੁਣ ਅਗਲੇ ਸੰਘਰਸ਼ ਵਾਸਤੇ? ਅਜੇ ਤਾਂ ਇਹੋ ਜਿਹੇ ਤਾਂ ਕਈ ਲਿਆਉਂਦੇ ਆ, ਕਾਬਲ ਦੇ ਜੰਮੇ ਤਾਂ ਰੋਜ਼, ਅਸੀਂ ਤਾਂ ਜੰਮੇ ਹੀ ਮਹਿਮਾ ਵਿੱਚ ਹੈ, ਕਾਬਲ ਦੇ ਜੰਮਿਆਂ ਨੂੰ ਰੋਜ਼ ਮਹਿਮਾ। ਪੰਜਾਬ ਦਾ ਜਿਹੜਾ ਨੌਜਵਾਨ ਚਾਹੇ ਬੁੱਢਾ ਚਾਹੇ ਕੋਈ ਹੈ, ਇਹਦਾ ਖੂਨ ਐਸਾ ਭਰਿਆ ਵਾ, ਜੇਕਰ ਜੰਗ ਵਜੋਂ ਤਾਂ ਬਹੁਤ ਪੂ ਚੱਕਦਾ ਨਾ, ਇਹੋ ਜਿਹੇ ਧਰਨੇ ਵਿੱਚ ਅਸੀਂ ਛਾਲਾਂ ਮਾਰਦੇ ਹਾਂ, ਅਸੀਂ 85-84 ਬੁੜੇ ਨਜਾਇਜ਼, ਪਰ ਜਿਹੜਾ ਜਾਇਜ਼ ਕੰਮ ਆਊਗਾ ਅਸੀਂ ਇੱਥੇ ਇਹਦੀ ਸਲਾਹ ਤਾਂ ਕਰੂੰਗੇ। ਹਾਂ, ਜਿਹੜਾ ਨਵਾਂ ਕੰਮ ਇੱਥੇ ਸ਼ੁਰੂ ਕਰਨ ਜਾ ਰਹੇ ਹਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਂਸਰ ਹੋਸਪਿਟਲ ਦਾ ਉਦਘਾਟਨ ਕਰਨ ਆ ਰਹੇ 24 ਤਰੀਕ ਨੂੰ, ਉਹ ਤਾਂ ਵਧੀਆ ਕਰ ਰਹੇ ਨਾ? ਉਹ ਤਾਂ ਚਲੋ ਠੀਕ ਆ, ਵਧੀਆ ਹੁੰਦਾ, ਇਹੋ ਜਿਹਾ ਕੰਮ ਤਾਂ ਕੋਈ ਸ਼ਾਬਾਸ਼ੀ ਅਸੀਂ ਦਿੰਦੇ ਜਿਹੜਾ ਕੰਮ ਵਧੀਆ ਕਰਦਾ ਹੈ। ਹਾਂ, ਬਿਲਕੁਲ, ਤੁਸੀਂ ਦੇਖੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੇਂ ਕੇਂਦਰ ਸਰਕਾਰ ਹੈ, ਅਗਰ ਕੰਮ ਸਹੀ ਕਰ ਰਹੀ ਹੈ ਤਾਂ ਕਿਸਾਨ ਸਰਾਹਨਾ ਕਰ ਰਹੇ ਨੇ, ਕਿਸਾਨ ਇਹ ਕਹਿ ਰਹੇ ਨੇ ਕਿ ਵਧੀਆ ਕੰਮ ਹੈ, ਪਰ ਅਗਰ ਜਿਸ ਤਰੀਕੇ ਨਾਲ ਖੇਤੀ ਕਾਨੂੰਨ ਕਿਸਾਨਾਂ ਦੇ ਖਿਲਾਫ਼, ਜਿਹੜੇ ਕਿਸਾਨਾਂ ਨੇ ਕਿਹਾ ਸੀ ਸਾਡੇ ਖਿਲਾਫ਼ ਆਏ ਨੇ ਬਿਜਲੀ ਬਿੱਲ ਨੂੰ ਲੈ ਕੇ, ਹੁਣ ਉਹਨਾਂ ਦੇ ਖਿਲਾਫ਼ ਆਏ ਨੇ, ਤਾਂ ਇਸ ਨੂੰ ਲੈ ਕੇ ਜਗ੍ਹਾ ਜਗ੍ਹਾ ਹੁਣ ਧਰਨੇ ਪ੍ਰਦਰਸ਼ਨ ਕਾਪੀਆਂ ਸਾੜੀਆਂ ਜਾ ਰਹੀਆਂ ਨੇ, ਅਤੇ ਇੱਕ ਵੱਡਾ ਸੰਘਰਸ਼ ਉਲੀਕਿਆ ਜਾ ਸਕਦਾ ਕੇਂਦਰ ਸਰਕਾਰ ਦੇ ਖਿਲਾਫ਼, ਮੁੜ ਤੋਂ ਦਿੱਲੀ ਦੇ ਬਾਰਡਰ 'ਤੇ ਧਰਨੇ ਲੱਗ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਹੁਣ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਅੱਜ ਇੱਕ ਮੈਸੇਜ ਦਿੱਤਾ ਕੇਂਦਰ ਸਰਕਾਰ ਨੂੰ ਕਿ ਅਗਰ ਤੁਸੀਂ ਖੇਤੀ ਕਾਨੂੰਨ ਦੀ ਤਰ੍ਹਾਂ ਬਿਜਲੀ ਕਾਨੂੰਨ ਜਿਹੜੇ ਲੈ ਕੇ ਆਏ ਉਹ ਰੱਦ ਕਰ ਦਿਓ, ਫਿਰ ਤਾਂ ਥੋੜ੍ਹੀ ਸਰਾਹਨਾ ਕਰਾਂਗੇ, ਨਹੀਂ ਤਾਂ ਤੁਹਾਡੇ ਖਿਲਾਫ਼ ਮੋਰਚਾ ਫਿਰ ਖੋਲ੍ਹਣ ਨੂੰ ਤਿਆਰ ਕਿਸਾਨ ਬੈਠੇਗੇ। ਤਾਂ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਕਿ ਹੁਣ ਜਿਹੜੇ ਬਿਜਲੀ ਬਿੱਲ ਨੇ ਕਦੋਂ ਰੱਦ ਹੁੰਦੇ ਨੇ, ਕਦੋਂ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਆਉਂਦਾ ਹੈ। ਤੁਹਾਡੇ ਨਾਲ ਕੈਮਰਾਮੈਨ ਸੁਮਿਤ ਦੇ ਨਾਲ ਹਰਤੇਜ ਸਿੰਘ ਤੇਜੀ, HN1 ਨਿਊਜ਼।